ਗੁਰੂ ਹਰਗੋਬਿੰਦ ਪਬਲਿਕ ਮਾਡਲ ਸਕੂਲ ਰਕਬਾ ਦੇ ਹੋਣਹਾਰ ਵਿਦਿਆਰਥੀਆਂ ਨੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਬੜੇ ਹੀ ਸੁੰਦਰ ਤੇ ਅਦਭੁਤ ਮਾਡਲ ਬਣਾਏ। ਆਓ ਵੇਖਦੇ ਹਾਂ ਉਹਨਾਂ ਮਾਡਲਾਂ ਦੀ ਇੱਕ ਝਲਕ। My name is Harmeet Kaur and I am from plus one class and my model is on Punjabi Virsa। ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਆਪਣਾ ਪੰਜਾਬ ਦਾ ਜਿਹੜਾ ਵਿਰਸਾ ਬਹੁਤ ਹੀ ਜ਼ਿਆਦਾ ਅਮੀਰ ਆ, ਅਤੇ ਜਿਵੇਂ ਇਹਦੇ ਵਿੱਚ ਮੈਂ ਉਸਦਾ ਹੀ ਇੱਕ ਮਾਡਲ ਬਣਾਇਆ। ਜਿਵੇਂ ਤੁਹਾਨੂੰ ਪਤਾ ਹੈ ਕਿ ਇਹ ਖੂਹ ਹੈ, ਇਹਦੇ ਵਿੱਚ ਜਿਹੜੀਆਂ ਔਰਤਾਂ ਸੀਗੀਆਂ ਖੂਹ ਦੇ ਉੱਤੇ ਪਾਣੀ ਭਰਨ ਜਾਂਦੀਆਂ ਹੁੰਦੀਆਂ ਸੀਗੀਆਂ। ਆਹ ਮੈਂ ਇੱਕ ਚੱਕੀ ਬਣਾਈ ਹੈ ਜਿਹਦੇ ਵਿੱਚ ਆਪਾਂ ਹੱਥ ਦੇ ਨਾਲ ਗੇੜ ਕੇ ਜਿਹਦੇ ਵਿੱਚ ਕਣਕ ਪੀਸੀ ਜਾਂਦੀ ਹੁੰਦੀ ਸੀਗੀ। ਆਹ ਸਰ ਪੀੜ੍ਹੀ ਹੈ, ਅਤੇ ਜਿਵੇਂ ਅੱਜ ਕੱਲ੍ਹ ਤਾਂ ਗੈਸ ਸਿਲੰਡਰ ਆ ਗਿਆ, ਉਦੋਂ ਚੁੱਲ੍ਹਿਆਂ ਦੇ ਉੱਤੇ ਹੀ ਸਾਰਾ ਕੰਮ ਹੁੰਦਾ ਸੀ। ਚੁੱਲ੍ਹਿਆਂ ਦੇ ਉੱਤੇ ਰੋਟੀ ਲਾਈ ਜਾਂਦੀ ਹੁੰਦੀ ਸੀਗੀ, ਆਹ ਕੁੰਡੇ ਦੇ ਵਿੱਚ ਚਟਨੀ ਕੁੱਟੀ ਜਾਂਦੀ ਹੁੰਦੀ ਸੀ, ਮਧਾਣੀਆਂ ਦੇ ਵਿੱਚ ਦੁੱਧ ਰਿੜਕਿਆ ਜਾਂਦਾ ਹੁੰਦਾ ਸੀਗਾ, ਅਤੇ ਸਾਰੀਆਂ ਔਰਤਾਂ ਸੀਗੀਆਂ ਉਹ ਇਕੱਠੀਆਂ ਹੋ ਕੇ ਚਰਖਾ ਕੱਤਦੀਆਂ ਹੁੰਦੀਆਂ ਸੀ ਇੱਕ ਘਰ ਦੇ ਵਿੱਚ। ਅਤੇ ਆਹ ਸਰ ਸੰਦੂਕ ਆ, ਜਿਵੇਂ ਅੱਜ ਕੱਲ੍ਹ ਅਲਮਾਰੀਆਂ ਮੈਂ ਉਵੇਂ ਸੰਦੂਕ ਦੇ ਵਿੱਚ ਸਾਰਾ ਸਮਾਨ ਰੱਖਿਆ ਜਾਂਦਾ ਹੁੰਦਾ ਸੀਗਾ, ਪਰ ਅੱਜ ਕੱਲ੍ਹ ਇਹਨਾਂ ਚੀਜ਼ਾਂ ਨੂੰ ਸਾਰੇ ਲੋਕ ਭੁੱਲ ਚੁੱਕੇ ਆ। ਜਦੋਂ ਕਿਸੇ ਵੀ ਕੁੜੀ ਦਾ ਵਿਆਹ ਹੁੰਦਾ ਸੀ ਉਹਨੂੰ ਸੰਦੂਕ ਦਾਜ ਦੇ ਵਿੱਚ ਦਿੱਤਾ ਜਾਂਦਾ ਹੁੰਦਾ ਸੀ, ਉਦੋਂ ਲਾਈਟ ਨਹੀਂ ਹੁੰਦੀ ਸੀ, ਇਸ ਕਰਕੇ ਉਦੋਂ ਪੱਖੀਆਂ ਦੇ ਨਾਲ ਹੀ ਹਵਾ ਲਈ ਜਾਂਦੀ ਹੁੰਦੀ ਸੀਗੀ, ਅਤੇ ਰੇੜ ਦੇ ਉੱਤੇ ਪੱਠੇ ਲਿਆਉਂਦੇ ਜਾਂਦੇ ਹੁੰਦੇ ਸੀ। ਆਹ ਸਾਰਾ ਅੱਡਾ, ਇਹਦੇ ਨਾਲ ਰੁਮਾਲ ਅਤੇ ਨਾਲੇ ਬੁਣੇ ਜਾਂਦੇ ਹੁੰਦੇ ਸੀਗੇ, ਅਤੇ ਆਹ ਛੱਜ ਆ, ਇਹਦੇ ਨਾਲ ਛਾਣਿਆ ਜਾਂਦਾ ਹੁੰਦਾ ਸੀ ਕਣਕ ਵਗੈਰਾ ਨੂੰ। ਅਤੇ ਆਹ ਅੱਜ ਕੱਲ੍ਹ ਬੈੱਡਾਂ, ਅੱਜ ਕੱਲ੍ਹ ਬੈੱਡ ਆ ਗਿਆ, ਉਦੋਂ ਮੰਜੇ ਹੁੰਦੇ ਸੀ, ਸਾਰੇ ਜਣੇ ਮੰਜਿਆਂ ਦੇ ਉੱਤੇ ਹੀ ਬਹਿੰਦੇ ਹੁੰਦੇ ਸੀਗੇ। ਥੈਂਕ ਯੂ ਸਰ। ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਹ ਮਾਡਲ ਲੋਹੜੀ ਦੇ ਤਿਉਹਾਰ 'ਤੇ ਹੈ। ਪੰਜਾਬ ਵਿੱਚ ਬਹੁਤ ਤਰ੍ਹਾਂ ਦੇ ਤਿਉਹਾਰ ਮਨਾਏ ਜਾਂਦੇ ਹਨ, ਲੋਹੜੀ ਦਾ ਤਿਉਹਾਰ ਵੀ ਇਹਨਾਂ ਤਿਉਹਾਰਾਂ 'ਚੋਂ ਇੱਕ ਹੈ। ਲੋਹੜੀ ਵੀ ਪੰਜਾਬ ਦਾ ਖੁਸ਼ੀਆਂ ਭਰਿਆ ਤਿਉਹਾਰ ਹੈ, ਜੋ ਜਨਵਰੀ ਮਹੀਨੇ ਵਿੱਚ ਮਾਘੀ ਤੋਂ ਇੱਕ ਦਿਨ ਪਹਿਲਾਂ ਮਨਾਇਆ ਜਾਂਦਾ ਹੈ। ਇਹ ਤਿਉਹਾਰ ਮੁੰਡਾ ਹੋਣ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ। ਇਹ ਤਿਉਹਾਰ ਵਿੱਚ ਸਾਰੇ ਇਹ ਚੀਜ਼ਾਂ ਖਾਂਦੇ ਹਨ, ਜਿਵੇਂ ਬਖਾਣੇ, ਮੂੰਗਫਲੀ, ਗੁੜ, ਰਿਓੜੀ, ਪੌਪਕੋਰਨ, ਚੌਲ, ਤਿਲ ਆਦਿ। ਦਾਦਾ ਦਾਦੀ ਆਪਣੇ ਪੋਤੇ ਦੀ ਲੋਹੜੀ ਵੰਡ ਰਹੇ ਹਨ, ਇਹ ਸਾਰੇ ਖੁਸ਼ੀ ਦੇ ਮੌਕੇ 'ਤੇ ਨੱਚ ਟੱਪ ਰਹੇ ਹਨ। ਧੰਨਵਾਦ। ਗੁੱਡ ਮੋਰਨਿੰਗ ਸਰ, ਮਾਈ ਮਾਡਲ ਇਜ਼ ਅਬਾਊਟ ਪੰਜਾਬ, ਸੋ ਫਸਟ ਵਟ ਡੂ ਯੂ ਮੀਨ ਬਾਈ ਵਰਡ ਪੰਜਾਬ? ਕਿ ਪੰਜਾਬ ਜਿਹੜਾ ਵਰਡ ਆ ਉਹ ਤੋਂ ਆਪਾਂ ਕੀ ਸਮਝਦੇ ਹਾਂ, ਕਿ ਜੇ ਆਪਾਂ ਪੰਜਾਬ ਨੂੰ ਤੋੜ ਕੇ ਲਿਖੀਏ, ਪੰਜ ਦਾ ਮਤਲਬ ਪੰਜ ਅਤੇ ਆਪ ਦਾ ਮਤਲਬ ਦਰਿਆ, ਕਿ ਪੰਜਾਬ ਨੂੰ ਆਪਾਂ ਇੱਦਾਂ ਕਹਿ ਸਕਦੇ ਹਾਂ ਕਿ ਪੰਜਾਬ ਜਿਹੜਾ ਆਪਣੇ ਪੰਜ ਦਰਿਆਵਾਂ ਦੀ ਧਰਤੀ ਆ, ਕਿ ਪੰਜਾਬ ਦੇ ਵਿੱਚ ਟੋਟਲ 24 ਡਿਸਟ੍ਰਿਕਟਸ ਨੇ, ਹਰ ਜ਼ਿਲ੍ਹੇ ਦੀ ਇੱਕ ਆਪਣੀ ਖਾਸੀਅਤ ਆ। ਪਹਿਲੇ ਜ਼ਿਲ੍ਹੇ ਦੀ ਗੱਲ ਕਰਦੇ ਹਾਂ, ਜਲੰਧਰ। ਜਲੰਧਰ ਦੂਰਦਰਸ਼ਨ ਇੱਕ TV ਚੈਨਲ ਆਉਂਦਾ ਸੀਗਾ ਜਿਹੜਾ ਬਹੁਤ ਹੀ ਮਸ਼ਹੂਰ ਸੀਗਾ, ਜਲੰਧਰ ਬਾਰੇ ਸਾਰਾ ਕੁਝ ਦੱਸਦਾ ਸੀਗਾ, ਕਿ ਜਲੰਧਰ ਜਿਹੜਾ ਵਾ ਖੇਡਾਂ ਦੇ ਸਮਾਨ ਲਈ ਵੀ ਬਹੁਤ ਹੀ ਫੇਮਸ ਆ, ਕਿਉਂਕਿ ਇੱਥੇ ਹਰ ਤਰ੍ਹਾਂ ਦੀ ਖੇਡ ਜਿਵੇਂ ਬਾਸਕਿਟਬਾਲ, ਫੁੱਟਬਾਲ, ਬੈਡਮਿੰਟਨ, ਹੋਰ ਵੀ ਬਹੁਤ ਸਾਰੀਆਂ ਖੇਡਾਂ ਦਾ ਸਮਾਨ ਬਹੁਤ ਹੀ ਵਧੀਆ ਕੁਆਲਿਟੀ ਦਾ ਮਿਲਦਾ ਹੁੰਦਾ ਸੀਗਾ। ਅਤੇ ਨੈਕਸਟ ਗੱਲ ਕਰਦੇ ਹਾਂ ਅੰਮ੍ਰਿਤਸਰ ਦੀ। ਅੰਮ੍ਰਿਤਸਰ ਹਰਿਮੰਦਰ ਸਾਹਿਬ, ਹਰਿਮੰਦਰ ਸਾਹਿਬ ਤੋਂ ਆਪਾਂ ਸਭ ਨੂੰ ਪਤਾ ਲੱਗਦਾ ਕਿ ਹਰਿਮੰਦਰ ਸਾਹਿਬ ਨੂੰ ਗੋਲਡਨ ਟੈਂਪਲ ਵੀ ਕਿਹਾ ਜਾਂਦਾ, ਜਿਹੜਾ ਆਪਣੇ ਓਵਰਆਲ ਵਰਲਡ ਦੇ ਵਿੱਚ ਪੂਰਾ ਫੇਮਸ ਆ। ਇਹਦੇ 4 ਦੁਆਰ ਨੇ, ਪੂਰਾ ਪੱਛਮ, ਉੱਤਰ ਅਤੇ ਦੱਖਣ, ਕਿ ਗੁਰੂ ਜੀ ਦਾ ਇਹ ਕਹਿਣਾ ਸੀਗਾ ਕਿ ਇੱਥੇ ਬੰਦਾ ਚਾਹੇ ਉੱਤਰ ਤੋਂ ਆਵੇ ਚਾਹੇ ਪੂਰਬ ਤੋਂ ਆਵੇ, ਜਿੱਥੇ ਮਰਜ਼ੀ ਆ ਕੇ ਇੱਥੇ ਨਮਸਤਕ ਹੋ ਸਕਦਾ। ਇੱਥੇ ਕਿਸੇ ਵੀ ਜਾਤ ਜਾਂ ਪਾਤ ਦੀ ਕੋਈ ਵੈਲਿਊ ਨਹੀਂ ਹੈਗੀ, ਇੱਥੇ ਕੋਈ ਵੀ ਜਦੋਂ ਵੀ ਮਰਜ਼ੀ ਆ ਕੇ ਇੱਥੇ ਆਪਦੀ ਸ਼ਰਧਾ ਨਾਲ ਭੇਟ ਕਰ ਸਕਦਾ ਵਾ। ਥੈਂਕ ਯੂ। ਜਿਵੇਂ ਅਸੀਂ ਪੰਜਾਬੀ ਦਾ ਮਾਡਲ ਤਿਆਰ ਕੀਤਾ, ਊੜਾ ਆੜਾ ਊੜੇ ਆੜੇ ਦੇ ਅੱਖਰ ਮਾਂ ਬੋਲੀ ਦੇ, ਅਤੇ ਪਹਿਲਾਂ ਧੁਨ ਪੈਦਾ ਹੋਈ, ਧੁਨ ਤੋਂ ਬਾਅਦ 'ਚ ਅੱਖਰ, ਅੱਖਰ ਤੋਂ ਬਾਅਦ 'ਚ ਵਾਕ, ਇਹਦੇ ਬਾਅਦ 'ਚ ਊੜਾ ਆੜਾ ਆਇਆ। ਊੜਾ ਆੜਾ ਈੜੀ ਇਹ ਸਵਾਰ ਹੁੰਦੇ ਹਨ, ਈੜੀ ਊੜੇ ਤੋਂ ਬਾਅਦ 'ਚ ਕੱਕੇ ਡਾੜੇ ਤੱਕ ਵਿਅੰਜਨ ਹੁੰਦੇ ਹਨ, ਅਤੇ ਸੱਸੇ ਪੈਰ ਬਿੰਦੀ, ਖੱਕੇ ਪੈਰ ਬਿੰਦੀ, ਗੱਗੇ ਪੈਰ ਬਿੰਦੀ, ਜੱਜੇ ਪੈਰ ਬਿੰਦੀ, ਫੱਫੇ ਪੈਰ ਬਿੰਦੀ, ਲੱਲੇ ਪੈਰ ਬਿੰਦੀ ਤੋਂ ਇਹ ਫਾਰਸੀ ਭਾਸ਼ਾ ਦੇ ਅੱਖਰ ਹੁੰਦੇ ਹਨ, ਅਤੇ ਊੜੇ ਤੋਂ ਲੈ ਕੇ ਡਾੜੇ ਤੱਕ ਇਹ 35 ਅੱਖਰ ਹੁੰਦੇ ਹਨ। ਜੇ ਆਪਾਂ ਸੱਸੇ ਪੈਰ ਬਿੰਦੀ ਉਦੋਂ ਲੱਲੇ ਪੈਰ ਬਿੰਦੀ ਤੱਕ ਮਿਲਾਈਏ, ਇਹ ਪੂਰੇ 41 ਅੱਖਰ ਬਣ ਜਾਂਦੇ ਹਨ। ਥੈਂਕਸ। ਮਾਈ ਨੇਮ ਇਜ਼ ਫਤਿਹਵੀਰ ਸਿੰਘ। ਸਾਡੇ ਬੋਲਣ ਦਾ ਵਿਸ਼ਾ ਹੈ ਪਿਆਸਾ ਕਾਂ। ਇੱਕ ਦਿਨ ਬਹੁਤ ਗਰਮੀ ਦਾ ਦਿਨ ਸੀ, ਇੱਕ ਕਾਂ ਬਹੁਤ ਪਿਆਸਾ ਸੀ। ਉਹ ਇੱਕ ਦਰੱਖਤ ਦੇ ਉੱਤੇ ਬੈਠ ਗਿਆ। ਉਸਨੂੰ ਇੱਕ ਬਾਗ ਵੇਖਿਆ। ਬਾਗ ਵਿੱਚ ਇੱਕ ਘੜਾ ਸੀ, ਘੜੇ ਵਿੱਚ ਪਾਣੀ ਬਹੁਤ ਥੋੜ੍ਹਾ ਸੀ। ਕਾਂ ਦੀ ਚੁੰਝ ਪਾਣੀ ਤੱਕ ਨਹੀਂ ਪਹੁੰਚ ਰਹੀ ਸੀ। ਘੜੇ ਦੇ ਨੇੜੇ ਹੀ ਕੁਝ ਕੰਕਰ ਪਏ ਸਨ। ਕਾਂ ਨੇ ਇੱਕ ਤਰਕੀਬ ਸੁੱਝੀ। ਕਾਂ ਨੇ ਇੱਕ ਇੱਕ ਕਰਕੇ ਘੜੇ ਵਿੱਚ ਕੰਕਰ ਪਾਉਣੇ ਸ਼ੁਰੂ ਕਰ ਦਿੱਤੇ। ਹੌਲੀ ਹੌਲੀ ਪਾਣੀ ਉੱਤੇ ਆ ਗਿਆ।
ਕਾਂ ਨੇ ਪਾਣੀ ਪੀਤਾ ਤੇ ਉੱਡ ਗਿਆ। ਗੁੱਡ ਮਾਰਨਿੰਗ ਸਰ, ਮਾਈ ਨੇਮ ਇਜ਼ ਸਿੰਦਰਪ੍ਰੀਤ ਸਿੰਘ। ਮੇਰਾ ਮੈਂ ਪ੍ਰੋਜੈਕਟ ਬਣਾਇਆ ਪੰਜਾਬ ਦੇ ਮੇਲੇ ਤੇ ਤਿਉਹਾਰ, ਜਿਵੇਂ ਆਪਣੇ ਪੰਜਾਬ ਦੇ ਤਿਉਹਾਰ ਨੇ ਲੋਹੜੀ, ਦੀਵਾਲੀ, ਦੁਸਹਿਰਾ, ਵਿਸਾਖੀ, ਇਹੋ ਜਿਹੇ ਕੋਈ ਹੋਰ ਤਿਉਹਾਰ ਨੇ, ਪਰ ਅੱਜ ਦੇ ਸਮੇਂ ਵਿੱਚ ਲੋਕ ਇਹਨਾਂ ਤਿਉਹਾਰਾਂ ਨੂੰ ਭੁੱਲਦੇ ਜਾ ਰਹੇ ਨੇ। ਕ੍ਰਿਸਮਸ, ਹੈਲੋਵੀਨ, ਇਹੋ ਜਿਹੇ ਤਿਉਹਾਰਾਂ ਵੱਲ ਜਾ ਰਹੇ ਨੇ। ਜਿਵੇਂ ਕਿਸੇ ਨੂੰ ਪਤਾ ਹੀ ਹੈ, ਲੋਹੜੀ ਅੱਗੇ ਵਾਲੇ ਸਮੇਂ ਦੇ ਵਿੱਚ ਜਦ ਲੋਹੜੀ ਹੁੰਦੀ ਸੀ ਤਾਂ ਸਾਰਾ ਪਿੰਡ ਇਕੱਠਾ ਹੁੰਦਾ ਸੀ, ਤਾਂ ਜਿਹਦੇ ਘਰ ਦੇ ਪੁੱਤਰ ਹੋਇਆ ਹੁੰਦਾ ਸੀ ਤਾਂ ਲੋਹੜੀ ਬਹੁਤ ਵਧੀਆ ਧੂਮਧਾਮ ਨਾਲ ਮਨਾਉਂਦੇ ਸੀ। ਉਸੇ ਤਰ੍ਹਾਂ ਹੀ ਆਪਣੀ ਦੀਵਾਲੀ ਹੈ, ਸ਼੍ਰੀ ਗੁਰੂ ਛੇਵੇਂ ਪਾਤਸ਼ਾਹ ਜੀ ਨੇ ਜੋ ਗਵਾਲੀਅਰ ਦੇ ਕਿਲ੍ਹੇ 'ਚੋਂ ਰਾਜਿਆਂ ਨੂੰ ਰਿਹਾਅ ਕਰਾਇਆ ਸੀਗਾ, ਉਸੀ ਖੁਸ਼ੀ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਕੀਤੀ ਗਈ ਸੀ ਦੀਪਮਾਲਾ, ਅਤੇ ਸ਼੍ਰੀ ਰਾਮ ਚੰਦਰ ਜੀ ਨੇ 14 ਸਾਲ ਦਾ ਵਨਵਾਸ ਕੱਟ ਕੇ ਜੋ ਹੈ ਵਾਪਸ ਆਏ ਸੀਗੇ, ਉਸਦੀ ਖੁਸ਼ੀ ਵਿੱਚ ਪਿੰਡ ਵਾਲਿਆਂ ਨੇ ਜੋ ਹੈ ਦੀਪਮਾਲਾ ਕੀਤੀ ਸੀ। ਜਿਵੇਂ ਕਿ ਵਿਸਾਖੀ ਤਾਂ ਬਹੁਤ ਘੱਟ ਲੋਕਾਂ ਨੂੰ ਪਤਾ ਵਾ। 1699 ਈਸਵੀ ਦੇ ਵਿੱਚ ਆਪਣੇ ਖਾਲਸਾ ਪੰਥ ਦੀ ਵਿਸਾਖੀ ਵਾਲੇ ਦਿਨ ਸਾਜਨਾ ਕੀਤੀ ਸੀ। ਵਿਸਾਖੀ ਵਾਲੇ ਦਿਨ ਜੋ ਇੱਕ ਬਹੁਤ ਵੱਖ ਵੱਖ ਜਗ੍ਹਾ 'ਤੇ ਮੇਲੇ ਲੱਗਦੇ ਹਨ ਪੰਜਾਬ ਦੇ ਵਿੱਚ, ਅਤੇ ਪੰਜਾਬ ਦੇ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਗੁਰਦੁਆਰੇ ਦੇ ਵਿੱਚ ਜੋ ਹੈ ਪਾਠ ਪ੍ਰਕਾਸ਼ ਹੁੰਦੇ ਹਨ। ਉਸੇ ਤਰ੍ਹਾਂ ਹੀ ਦੁਸਹਿਰਾ ਵਾ, ਦੁਸਹਿਰੇ ਵਾਲੇ ਦਿਨ ਜੋ ਹੈ ਰਾਮ ਜੀ ਨੇ ਰਾਵਣ ਦਾ ਵਿਨਾਸ਼ ਕੀਤਾ ਸੀਗਾ। ਮੈਂ ਤਾਂ ਸਿਰਫ ਇਹੀ ਕਹਿਣਾ ਚਾਹੂੰਗਾ ਕਿ ਆਪਦੇ ਤੁਸੀਂ ਤਿਉਹਾਰ ਦੂਜੇ ਵੀ ਮਨਾਓ, ਮੈਂ ਨਹੀਂ ਕਰਾਂ ਵੀ ਦੂਜੇ ਨੇ ਮਨਾਓ, ਦੂਜੇ ਤਿਉਹਾਰ ਵੀ ਮਨਾਓ, ਪਰ ਜਿਹੜੇ ਆਪਦੇ ਪੰਜਾਬ ਦੇ ਤਿਉਹਾਰ ਆ ਉਹਨਾਂ ਨੂੰ ਵੀ ਨਾ ਭੁੱਲੋ। ਧੰਨਵਾਦ। ਇਹ ਛਪਾਰ ਦਾ ਮੇਲਾ ਹੈ, ਇਹ ਗੁੱਗਾ ਮਾੜੀ ਹੈ, ਇੱਥੇ ਦੂਰੋਂ ਦੂਰੋਂ ਲੋਕ ਆਉਂਦੇ ਨੇ ਅਤੇ ਗੁੱਗਾ ਮਾੜੀ ਨੂੰ ਮੱਥਾ ਟੇਕਦੇ ਹਨ। ਇਹ ਗੁੱਗਾ ਮਾੜੀ ਕਰਕੇ ਇਹ ਮੇਲਾ ਲੱਗਦਾ ਹੈ। ਇਹ ਫਲਾਂ ਦੀ ਦੁਕਾਨ ਹੈ, ਇੱਥੋਂ ਲੋਕ ਫਲ ਖਰੀਦਦੇ ਹਨ ਅਤੇ ਖਾਂਦੇ ਹਨ। ਇਹ ਜੂਸ ਦੀ ਦੁਕਾਨ ਹੈ, ਇੱਥੋਂ ਲੋਕ ਜੂਸ ਖਰੀਦਦੇ ਹਨ ਅਤੇ ਪੀਂਦੇ ਹਨ। ਇਹ ਭਾਂਡਿਆਂ ਦੀ ਦੁਕਾਨ ਹੈ, ਇੱਥੋਂ ਲੋਕ ਭਾਂਡੇ ਖਰੀਦਦੇ ਹਨ। ਇਹ ਝੂਲੇ ਹਨ, ਇੱਥੇ ਲੋਕ ਝੂਲਿਆਂ 'ਤੇ ਝੂਟੇ ਲੈਂਦੇ ਹਨ। ਇਹ ਕੱਪੜਿਆਂ ਦੀ ਦੁਕਾਨ ਹੈ, ਇੱਥੇ ਲੋਕ ਕੱਪੜੇ ਖਰੀਦਦੇ ਹਨ। ਇਹ ਖਿਡੌਣੇ ਦੀ ਦੁਕਾਨ, ਇੱਥੋਂ ਲੋਕ ਖਿਡੌਣੇ ਖਰੀਦਦੇ ਹਨ। ਇਹ ਬਰਗਰ ਦੀ ਦੁਕਾਨ, ਇੱਥੋਂ ਲੋਕ ਬਰਗਰ ਖਰੀਦਦੇ ਹਨ ਅਤੇ ਖਾਂਦੇ ਹਨ। ਇਹ ਗੋਲ ਗੱਪਿਆਂ ਦੀ ਦੁਕਾਨ, ਇੱਥੋਂ ਲੋਕ ਗੋਲ ਗੱਪੇ ਖਰੀਦਦੇ ਹਨ ਅਤੇ ਖਾਂਦੇ ਹਨ। ਧੰਨਵਾਦ। ਲੋ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਸੀਂ ਸਾਰੇ 9ਵੀਂ ਜਮਾਤ ਦੀਆਂ ਵਿਦਿਆਰਥਣਾਂ ਹਾਂ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਪੰਜਾਬ ਦੇ ਕਲਚਰ ਬਾਰੇ ਮਾਡਲ ਬਣਾਇਆ, ਕਿਉਂਕਿ ਅੱਜ ਦੇ ਸਮੇਂ ਵਿੱਚ ਲੋਕ ਆਪਣੇ ਕਲਚਰ ਨੂੰ ਭੁੱਲਦੇ ਜਾ ਰਹੇ ਆ। ਸੋ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਕੱਚਾ ਘਰ। ਪੁਰਾਣੇ ਸਮੇਂ ਦੇ ਵਿੱਚ ਕੱਚੇ ਘਰ ਹੋਇਆ ਕਰਦੇ ਸਨ, ਲੋਕ ਇਹਨਾਂ ਦੇ ਵਿੱਚ ਹੀ ਰਹਿੰਦੇ ਸਨ। ਇਹਨਾਂ ਦੀ ਖਾਸੀਅਤ ਇਹ ਹੁੰਦੀ ਸੀਗੀ ਕਿ ਇਹ ਗਰਮੀਆਂ ਦੇ ਵਿੱਚ ਠੰਡੇ ਰਹਿੰਦੇ ਸੀ। ਉਸ ਸਮੇਂ ਬਿਜਲੀ ਜਾਂ ਪੱਖੇ ਬਹੁਤ ਘੱਟ ਹੋਇਆ ਕਰਦੇ ਸੀਗੇ। ਅੱਜ ਦੇ ਸਮੇਂ ਦੇ ਵਿੱਚ ਤਾਂ ਏਸੀ ਲੋਕਾਂ ਦੇ ਘਰ ਲੱਗੇ ਹੋਏ ਹਨ ਅਤੇ ਮੰਜੇ, ਉਸ ਸਮੇਂ ਮੰਜੇ ਹੋਇਆ ਕਰਦੇ ਸੀਗੇ। ਅੱਜ ਕੱਲ੍ਹ ਲੋਕਾਂ ਦੇ ਘਰਾਂ ਦੇ ਵਿੱਚ ਬੈੱਡ ਹਨ, ਪਰ ਉਸ ਸਮੇਂ ਲੋਕ ਮੰਜਿਆਂ 'ਤੇ ਹੀ ਪੈਂਦੇ ਸੀਗੇ। ਆਪਣੇ ਚੁਬਾਰੇ ਦੀਆਂ ਛੱਤਾਂ ਦੇ ਉੱਪਰ ਮੰਜੇ ਡਾ ਕੇ ਪੈਂਦੇ ਸੀ ਜਾਂ ਵਿਹੜੇ ਵਿੱਚ ਮੰਜੇ ਡਾ ਕੇ ਆਰਾਮ ਕਰਦੇ ਸਨ। ਉਸ ਟਾਈਮ ਦੇ ਉੱਤੇ ਸਾਂਝੀ ਲਾਈ ਜਾਂਦੀ ਸੀ ਅਤੇ ਕੁਆਰੀਆਂ ਕੁੜੀਆਂ ਸੌਖਦੀਆਂ ਹੁੰਦੀਆਂ ਸਨ ਕਿ ਸਾਨੂੰ ਚੰਗਾ ਵਾਰ ਮਿਲੇ, ਅਤੇ ਦੁਸਹਿਰੇ ਵਾਲੇ ਦਿਨ ਇਸ ਨੂੰ ਉਤਾਰ ਕੇ ਜਲ ਪ੍ਰਵਾਹ ਕਰਕੇ ਆਉਂਦੇ ਹਨ ਅਤੇ ਲੋਕ ਬੜੇ ਉਤਸ਼ਾਹ ਦੇ ਨਾਲ ਇਸ ਨੂੰ ਲਾਉਂਦੇ ਸਨ, ਖੁਦ ਮਿੱਟੀ ਨਾਲ ਬਣਾ ਕੇ। ਪੁਰਾਣੇ ਸਮੇਂ ਦੇ ਵਿੱਚ ਲੱਕੜ ਦੀ ਪੌੜੀ ਹੁੰਦੀ ਸੀ, ਲੋਕਾਂ ਨੂੰ ਬਾਹਰ ਜਗ੍ਹਾ ਨਹੀਂ ਸੀ ਮਿਲਦੀ, ਇਸ ਕਰਕੇ ਲੋਕਾਂ ਦਾ ਘਰ ਇੰਨਾ ਵੱਡਾ ਹੁੰਦਾ ਸੀ ਕਿ ਲੋਕ ਆਪਣੇ ਘਰ ਦੇ ਇੱਕ ਖੂੰਜੇ ਵਿੱਚ ਹੀ ਬੈੱਡ ਬਣਾ ਲੈਂਦੇ ਸਨ ਅਤੇ ਉੱਥੇ ਪਾਥੀਆਂ ਪੱਥ ਕੇ ਇੱਕ ਗਹਾਰੀ ਲਾ ਲੈਂਦੇ ਸਨ, ਗਹਾਰੀ ਨੂੰ ਉੱਤੋਂ ਗੋਹੇ ਨਾਲ ਲੈਪ ਲੈਂਦੇ ਸਨ ਤਾਂ ਕਿ ਜਦੋਂ ਮੀਂਹ ਆਵੇ ਤਾਂ ਗਹਾਰੀ ਗਿੱਲੀ ਨਾ ਹੋਵੇ, ਪਾਥੀਆਂ ਗਿੱਲੀਆਂ ਨਾ ਹੋਣ, ਤਾਂ ਕਿ ਅੱਗੇ ਜਾ ਕੇ ਜਿਹੜੀਆਂ ਪਾਥੀਆਂ ਨੇ ਉਹ ਚੁੱਲ੍ਹੇ ਦੇ ਵਿੱਚ ਕੰਮ ਆਉਣ। ਪੁਰਾਣੇ ਸਮਿਆਂ ਵਿੱਚ ਰਸੋਈਆਂ ਨਹੀਂ ਸੀ ਹੁੰਦੀਆਂ, ਉਦੋਂ ਓਟੀਏ ਹੁੰਦੇ ਸੀ, ਅਤੇ ਪੁਰਾਣੇ ਸਮਿਆਂ ਵਿੱਚ ਗੈਸ ਚੁੱਲ੍ਹੇ ਨਹੀਂ ਹੁੰਦੇ ਸੀ, ਉਦੋਂ ਮਿੱਟੀ ਦੇ ਚੁੱਲ੍ਹੇ ਹੁੰਦੇ ਸੀ। ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਕਿ ਔਰਤ ਬੈਠ ਕੇ ਰੋਟੀ ਪਕਾ ਰਹੀ ਆ ਅਤੇ ਹਾਰੇ ਦੇ ਵਿੱਚ ਦਾਲ ਬਣਾਈ ਜਾਂਦੀ ਸੀ। ਅੱਜ ਕੱਲ੍ਹ ਦੇ ਸਮੇਂ ਵਿੱਚ ਸਾਰੀਆਂ ਔਰਤਾਂ ਗੈਸ ਚੁੱਲ੍ਹੇ 'ਤੇ ਰੋਟੀ ਜਾਂ ਫਿਰ ਦਾਲ ਗੈਸ ਚੁੱਲ੍ਹੇ ਦੇ ਉੱਤੇ ਪਕਾਉਂਦੀਆਂ, ਪਰ ਉਸ ਸਮੇਂ ਦੇ ਦਾਲ ਆ ਜਿਹੜੀ ਉਹ ਹਾਰੇ ਦੇ ਵਿੱਚ ਪਕਾਈ ਜਾਂਦੀ ਸੀ ਅਤੇ ਇਸ ਨੂੰ ਘੜਾ ਆਖਿਆ ਜਾਂਦਾ ਹੈ। ਪੁਰਾਣੇ ਸਮੇਂ ਵਿੱਚ ਜਿਹੜੀ ਆ ਫਰਿੱਜ ਨਹੀਂ ਹੁੰਦੀ ਸੀ ਅਤੇ ਜਿਹੜੀਆਂ ਔਰਤਾਂ ਸੀ ਉਹ ਘੜੇ ਵਿੱਚ ਜਿਹੜਾ ਪਾਣੀ ਸਟੋਰ ਕਰਦੀ ਸੀ ਤਾਂ ਜੋ ਉਹ ਠੰਡਾ ਰਹਿ ਸਕੇ, ਅਤੇ ਇਸ ਨੂੰ ਕੜਾਹੀ ਆਖਿਆ ਜਾਂਦਾ ਹੈ। ਇਸ ਨੂੰ ਕੁੰਡੀ ਸੋਟਾ ਆਖਿਆ ਜਾਂਦਾ ਹੈ। ਕੁੰਡੀ ਸੋਟੇ ਦੀ ਖਾਸੀਅਤ ਇਹ ਹੈ ਕਿ ਅੱਜ ਦੇ ਸਮੇਂ ਵਿੱਚ ਆਪਾਂ ਮਿਕਸੀ ਦੇ ਵਿੱਚ ਜਿਹੜੇ ਮਸਾਲੇ ਪੀਸਦੇ ਹਾਂ, ਪਰ ਪੁਰਾਣੇ ਸਮੇਂ ਵਿੱਚ ਕੁੰਡੀ ਸੋਟੇ ਦੇ ਵਿੱਚ ਔਰਤਾਂ ਮਸਾਲੇ ਪੀਸਦੀਆਂ ਸਨ। ਜਿਵੇਂ ਕਿ ਤੁਹਾਨੂੰ ਪਤਾ, ਪੁਰਾਣੇ ਸਮੇਂ ਵਿੱਚ ਲੋਕਾਂ ਦੇ ਘਰ ਆਮ ਹੀ ਮੱਝਾਂ ਗਾਵਾਂ ਰੱਖੀਆਂ ਹੁੰਦੀਆਂ ਸੀ ਅਤੇ ਉਹਨਾਂ ਨੂੰ ਘਰ ਵਿੱਚ ਹੀ ਖੁੱਲ੍ਹਾ ਖਾਣ ਨੂੰ ਮਿਲਦਾ ਸੀਗਾ। ਲੋਕਾਂ ਦੇ ਘਰ 'ਚੋਂ ਘੋੜਾ ਰੱਖਿਆ ਹੁੰਦਾ ਸੀ, ਉਹ ਸਮਾਨ ਢੋਣ ਦਾ ਕੰਮ ਕਰਦਾ ਸੀ। ਪੁਰਾਣੀਆਂ ਔਰਤਾਂ ਮਧਾਣੀ ਵਿੱਚ ਦੁੱਧ ਰਿੜਕਦੀਆਂ ਸਨ ਅਤੇ ਚਾਟੀ ਵਿੱਚ ਲੱਸੀ ਬਣਾਉਂਦੀਆਂ ਸਨ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੁਰਾਣੇ ਸਮੇਂ ਦੇ ਵਿੱਚ ਟੂਟੀਆਂ ਨਹੀਂ ਹੁੰਦੀਆਂ ਸਨ ਤਾਂ ਔਰਤਾਂ ਖੂਹ ਤੋਂ ਪਾਣੀ ਭਰਦੀਆਂ ਹੁੰਦੀਆਂ ਸਨ, ਅਤੇ ਅੱਜ ਕੱਲ੍ਹ ਤਾਂ ਹਰ ਇੱਕ ਦੇ ਘਰ ਦੇ ਵਿੱਚ ਟੂਟੀਆਂ ਅਤੇ ਮੋਟਰ ਹੁੰਦੀਆਂ ਹੀ ਨੇ। ਪੁਰਾਣੇ ਸਮੇਂ ਦੇ ਵਿੱਚ
ਰੇੜੀਆਂ ਹੁੰਦੀਆਂ ਸਨ, ਲੋਕ ਸਮਾਨ ਢੋਣ ਦਾ ਕੰਮ ਕਰਦੇ ਸਨ, ਰੇੜੀਆਂ ਨਾਲ ਹੀ ਸਮਾਨ ਢੋਂਦੇ ਸਨ। ਹੁਣ ਦੇ ਟਾਈਮ ਦੇ ਵਿੱਚ ਲੋਕ ਜਿਹੜੇ ਨੇ ਟਰੈਕਟਰ ਟਰਾਲੀਆਂ ਨੇ ਲੋਕਾਂ ਦੇ ਕੋਲ, ਬਟ ਉਸ ਟਾਈਮ ਦੇ ਉੱਤੇ ਰੇੜੀਆਂ ਹੀ ਹੁੰਦੀਆਂ ਸਨ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਕਿਆਰੀ ਬਣੀ ਹੋਈ ਆ। ਉਸ ਸਮੇਂ ਲੋਕਾਂ ਦੇ ਘਰ ਇੰਨੇ ਜ਼ਿਆਦਾ ਵੱਡੇ ਹੁੰਦੇ ਸਨ ਕਿ ਲੋਕ ਆਪਣੇ ਘਰ ਦੇ ਵਿੱਚ ਕਿਆਰੀ ਬੀਜ ਲੈਂਦੇ ਸੀਗੇ, ਇਹਦੇ ਵਿੱਚ ਆਪਣੇ ਲੋੜ ਅਨੁਸਾਰ ਪਾਲਕ, ਮੇਥੇ ਜਾਂ ਸਬਜ਼ੀਆਂ ਬੀਜਦੇ ਸਨ। ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਸਾਰਿਆਂ ਨੇ ਰਲ ਕੇ ਇਹ ਸਾਰਾ ਘਰ ਮਿੱਟੀ ਦਾ ਬਣਾਇਆ ਹੈ। ਇਸ ਵਿੱਚ ਕੋਈ ਵੀ ਚੀਜ਼ ਪਲਾਸਟਿਕ ਦੀ ਜਾਂ ਫਿਰ ਰੈਡੀਮੇਡ ਚੀਜ਼ ਯੂਜ ਨਹੀਂ ਕੀਤੀ ਗਈ ਆ। ਤੁਸੀਂ ਵੇਖ ਸਕਦੇ ਹੋ ਕਿ ਅਸੀਂ ਸਾਰਿਆਂ ਨੇ ਰਲ ਕੇ ਮਿੱਟੀ ਦੇ ਭਾਂਡੇ ਵੀ ਬਣਾਏ ਆ, ਅਤੇ ਇਸ ਵਿੱਚ ਸਾਰਿਆਂ ਨੇ ਰਲ ਕੇ ਇੱਕੋ ਜਿਹੀ ਮਿਹਨਤ ਕੀਤੀ ਆ, ਅਤੇ ਜਿਹੜੇ ਮੰਜਾ ਵਾ ਇਹ ਵੀ ਅਸੀਂ ਸਾਰਿਆਂ ਨੇ ਰਲ ਕੇ ਬਣਾਇਆ ਵਾ। ਧੰਨਵਾਦ।